ਸਾਡੀਆਂ ਗੱਲਾਂ ਦਾ ਜਵਾਬ ਦੇ। ਅਸੀਂ ਸ਼ਹਿਰ ਦੇ ਨਹੀਂ ਹੋਣਾ, ਰਸਤਾ ਨਹੀਂ ਰੋਕਣਾ। ਉੱਤਰ ਕੇ ਅਸੀਂ ਧੁੱਪ ਵਿੱਚ ਬੈਠੇ ਸਰਦਾਰ ਜੀ, ਉਮੀਦਵਾਰ ਚਾਰ ਜਾਣੀਆਂ। ਪੰਜਾਬ ਜਾਂ ਹਰਿਆਣਾ ਸਰਕਾਰ ਦਾ ਮੁੱਦਾ ਹੈ, ਠੀਕ ਹੈ ਜੀ। ਪੰਜਾਬ ਚ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ, ਔਰ ਜਿਹੜਾ ਐਸਐਸਟੀ ਉਹਨੂੰ ਛੇਤੀ ਪਾੜ ਲਿਆ ਮੇਰਾ ਵੀ ਬੇਟਾ, ਠੀਕ ਆ। ਇਹ ਚ ਮੈਨੂੰ ਵੀ ਤਕਲੀਫ ਹੈ, ਜਲਦੀ ਕਰੋ, ਕੋਈ ਗੱਲ ਨਹੀਂ, ਉਹਨੂੰ ਇਨਸਾਫ ਮਿਲੂਗਾ। ਔਰ ਜਿਹੜਾ ਕੋਰਟ ਜੋ ਫੈਸਲਾ ਕਰੂਗਾ, ਜਿਹੜੀ ਸਰਕਾਰ ਦੇ ਵੀ, ਉਹ ਉਹਨਾਂ ਨੂੰ ਜ਼ਰੂਰ ਉਸ ਬੱਚੇ ਨੂੰ ਇਨਸਾਫ ਮਿਲੂਗਾ। ਦੇਖੋ ਤੁਸੀਂ ਵੀ, ਉਹ ਮੈਨੂੰ ਵੀ ਪਤਾ ਕਿ ਜੋ ਚਲਾ ਜਾਂਦਾ ਉਹ ਵਾਪਸ ਨਹੀਂ ਮਿਲਦਾ, ਪਰ ਉਹਦੇ ਇਨਸਾਫ ਲਈ ਆਪਾਂ ਜ਼ਰੂਰ ਲੜਾਈ। ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਆ, ਕਿਹਦੀ ਸੀ? ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਸੀ? ਬਾਰਡਰ ਹੈ ਪੰਜਾਬ, ਬਾਰਡਰ ਹੈ ਜੀ ਹਰਿਆਣੇ ਦੇ ਵਿੱਚ। ਬੀਬੀ ਜੀ, ਭੈਣ ਜੀ, ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਸੀ? ਇਹ ਗੱਲਾਂ ਉਹਨਾਂ ਹਰਿਆਣੇ ਦੇ ਵਿੱਚ ਸਰਕਾਰ ਕਿਹਦੀ ਸੀ? ਅਸੀਂ ਜਿਹੜੇ ਦੇਖੋ ਬੀਜੇਪੀ ਦੀ ਸਰਕਾਰ ਹੈ ਪੰਜਾਬ, ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ? ਪੰਜਾਬ ਸਰਕਾਰ, ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ? ਤੁਸੀਂ ਕਿਹਦੇ ਉਮੀਦਵਾਰ ਹੋ? ਜਦੋਂ ਅਸੀਂ ਪਹਿਲਾਂ ਉੱਥੇ ਮੂਵਮੈਂਟ ਲੜੀ ਧਰਨੇ ਦੇ ਵਿੱਚ, ਦੇਖੋ ਮੇਰੀ ਬੇਨਤੀ ਸੁਣ ਲਓ, ਧਰਨੇ ਦੇ ਬੈਠੇ ਉੱਥੇ ਕੁਝ ਗੱਲਾਂ ਦੇ ਉੱਤੇ ਫੈਸਲਾ ਹੋਇਆ। ਕਾਨੂੰਨੀ ਬਣਾਤਾ ਜਾਊਗਾ, ਬਣਿਆ ਕਿ ਨਹੀਂ ਬਣਿਆ? ਪਹਿਲਾ ਫੈਸਲਾ ਇਹ ਹੋਇਆ ਸੀ, ਕੱਲ ਤੁਹਾਡਾ ਉਮੀਦਵਾਰ ਇੱਕ ਹੰਸਰਾਜ ਵਾ, ਰਾਤੀ ਇੰਨਾ ਗਲਤ ਬੋਲਿਆ, ਜੇ ਤਾਂ ਸਾਡਾ ਪੈਣਗੇ ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ। ਜੇ ਮੈਂ ਤੁਹਾਡਾ ਦਰਦ ਸਮਝਦੀ ਹਾਂ ਤਾਂ ਮੈਂ ਤੁਹਾਨੂੰ